ਇਹਨਾਂ ਕਲਮਿਆਂ ਦਾ ਸਵਾਬ ਲਿਖਣ ਆਏ ਸਨ। ਹਲੇ ਹਦੀਸ ਵੀ ਰੱਬਨਾ ਵਲਕਲ ਹਮਦ ਪੜਦਾ 39 ਫਰਿਸ਼ਤੇ ਨਾਜ਼ਲ ਹੁੰਦੇ ਨੇ ਕਿਉਂ ਫਤਬਉਨੀ ਯੁਹਬਬਕੁਮੁਲਲਾ ਪਤਾ ਦੋਵੇਂ ਜਣੇ ਸਲਾਹ ਕਰਕੇ ਬੈਠੇ ਨੇ ਅਤੇ ਜਦੋਂ ਯੂਸਫ ਪਸੂਰੀ ਮੱਠਾ ਹੋਣ ਲੱਗੇ ਨਾਰਾ ਮਾਰਦੇ ਦੋ ਸਜਦਿਆਂ ਦੇ ਦਰਮਿਆਨ ਦੁਆ ਪੜ੍ਹਨੇ ਅੱਗੇ ਨਹੀਂ ਅੱਲਾਹੁਮਾ ਗਫਿਰਲੀ ਵਰਹਮਨੀ ਵਜਬੁਰਨੀ ਵਾਹਦੀਨੀ ਵਾਫੀਨੀ ਵਰ ਜ਼ੁਕਨੀ ਵਰਫਾਨੀ ਦੇ ਲਫਜ਼ ਵੀ ਆਉਂਦੇ ਨੇ। ਇਹ ਦੁਆ ਕਿਸੇ ਮੌਲਵੀ ਕੋ ਸੁਣੋ ਦੂਜੇ ਕੋ ਜਾ ਕੇ ਉਹਨੂੰ ਕਹੋ ਦੋ ਸਜਦਿਆਂ ਦੇ ਦਰਮਿਆਨ ਦੀ ਦੁਆ ਸੁਣਾ ਜੇ ਸੁਣਾ ਜਾਏਗਾ ਤਾਂ ਮੌਲਵੀ ਨੂੰ 1000 ਰੁਪਇਆ ਇਨਾਮ ਮੈਂ ਦਿਆਂ। ਉਪਨਾ ਪੜ੍ਹੀ ਨਹੀਂ ਕਦੀ ਅਸੀਂ ਪੜ੍ਹਨੇ ਕਿਉਂ ਆ ਕਿ ਨਬੀ ਨੇ ਪੜ੍ਹੀ ਹੈ। ਅੱਲਾਹ ਤਾਲਾ ਅਮਲ ਦੀ ਤੋਫੀਕ ਦੇ ਬਾਕੀ ਅੱਗੋਂ ਅਗਲੇ ਫਿਰੇ ਸਹੀ ਵਾਖਿਰ ਦਾਵਾ ਨਾਲ 1 ਅਪ੍ਰੈਲ ਨੂੰ ਕਾਨਫਰੰਸ ਹੋ ਰਹੀ ਹੈ ਸਾਡੇ ਇੰਤਹਾਈ ਮੁਹਤਰਮ ਭਾਈ ਅਫਜ਼ਲ ਅਜ਼ੀਜ਼ੀ ਸਾਹਿਬ ਦੀ ਅਜ਼ਮਤ ਸਿਹਾਬਾ ਵਹਿਲੇ ਬੈਤ ਕਾਨਫਰੰਸ ਹੋ ਰਹੀ ਹੈ 1 ਅਪ੍ਰੈਲ ਬਰੋਜ਼ ਹਫ਼ਤਾ ਕਿੱਥੇ ਵਾਲਾ ਬੁਆਏ ਸਕੋਲੈਂਡ ਸਕਾਊਟ ਹਾਂ ਬੁਆਏ ਸਕੋਟ ਬਾਬੇ ਪਾਕਿਸਤਾਨ ਵਾਲਟਨ ਰੋਡ ਲਾਹੌਰ ਕੈਂਟ ਠੀਕ ਹੈ ਜੀ। ਹਾਂ ਉੱਥੇ ਆ ਰਹੇ ਨੇ ਜੀ ਮੌਲਾਨਾ ਹਨੀਫ ਰੱਬਾਨੀ ਸਾਹਿਬ ਯਾਸੀਨ ਬਲੋਚ ਸਾਹਿਬ ਨਵਾਜ਼ ਚੀਮਾ ਸਾਹਿਬ ਤਾਰਕ ਜਮੀ ਤਾਰਕ ਮਹਿਮੂਦ ਯਜ਼ਦਾਨੀ ਸਾਹਿਬ ਮੌਲਾਨਾ ਮੁਹੰਮਦ ਖਾਲਦ ਮੁਜਾਹਿਦ ਸਾਹਿਬ ਅਬੂ ਬਕਰ ਯਜ਼ਦਾਨੀ ਸਾਹਿਬ ਅਮਾਨਤੁਰਮਾਨ ਉਸਮਾਨੀ ਆਮਰ ਸਿੱਦੀਕੀ ਬਿਨਯਾਮੀਨ ਆਬਦ ਅਬਦੁਲ ਗਨੀ ਮਮਦੀ ਅਬਦੁਲ ਹੱਕ ਮੁਲਤਾਨੀ ਬਹਿਓ ਯਾਰ ਮੌਲਾਨਾ ਮੈਂ ਸਾਹਿਬ ਸਾਰੇ ਹੀ ਆਉਣਗੇ ਬਈ ਸਾਰੇ ਉੱਥੇ ਪਹੁੰਚਿਆ ਜੇ ਠੀਕ ਹੈ। ਖਾਣਾ ਵੀ ਖਾ ਕੇ ਜਾਇਆ ਜੇ ਤੁਹਾਡੇ ਵਾਸਤੇ ਰੋਟੀ ਪੱਕੀ ਆ ਪੁਲ ਬੰਦਿਆਂ ਵਾਲੇ ਦਾ ਉਹ ਇਸ਼ਤਿਹਾਰ ਲੱਗਾ ਸਾਹਮਣੇ ਤੁਸੀਂ ਦੋ ਸੁਨਤ ਕਾਨਫਰੰਸ ਹੋ ਰਹੀ ਹੈ ਕੱਲ੍ਹ ਇਨਸ਼ਾਅੱਲਾ ਉੱਥੇ ਆਓਗੇ ਨਾ ਹਾਂ ਸਾਰੇ ਉੱਥੇ ਆਇਆ ਜੇ ਹਾਜੀ ਖਾਲਦ ਜਵੇਦ ਸਾਹਿਬ ਦੀ ਕਾਨਫਰੰਸ ਆ ਵੇਖੋ ਨਾ ਸਾਰੇ ਉਲਾਮਾ ਲਿਖੇ ਨੇ ਇਨਸ਼ਾਅੱਲਾ ਕੱਲ੍ਹ ਤਸ਼ਰੀਫ ਲਿਆਉਂਦੇ ਸਾਰੇ ਆਏ ਅਲਹਮਦੁਲਿਲਾਹ ਰੱਬਿਲ ਆਲਮੀਨ ਅਰਰਹਮਾਨ ਅਰਰਹੀਮ ਅੱਲਾਹੁਮ ਸੱਲੀ ਅਲਾ ਮੁਹੰਮਦਿਨ ਕਮਾ ਸੱਲੀ ਤਾਲਾ ਅੱਲਾਹੁਮ ਸੱਲੀ ਖਾਣਾ ਖਾ ਕੇ ਜਾਇਆ ਜੇ ਵੀ ਤੁਹਾਡੇ ਵਾਸਤੇ ਚਾਵਲ ਪੱਕੇ ਨੇ ਖਾਣਾ ਖਾ ਕੇ ਅਲਹਮਦੁਲਿਲਾਹ ਰੱਬਿਲ ਆਲਮੀਨ ਵਲਾ ਕੁਤਕੀਨ ਵਸਲਾਤ ਵਸਲਾਮ ਅਲਾ ਇਬਾਦ ਮੁਸਲੀਨ اللهم صل على محمد وعلى ال محمد كما صليت على ابراهيم وعلى ال ابراهيم انك حميد مجيد اللهم بارك على محمد وعلى ال محمد كما باركت على ابراهيم وعلى ال ابراهيم انك حميد مجيد ربنا ظلمنا انفسنا وان لم تغفر لنا وترحمنا لنكونن من الخاسرين ربنا آتنا في الدنيا حسنة وفي الآخرة حسنة وقنا عذاب النار وقنا عذاب القرض وقنا عذاب المرض وقنا عذاب القبر وقنا عذاب الحشر وقنا عذاب جهنم وقنا عذاب الميزان ربنا هب لنا من ازواجنا وذرياتنا قرة اعين واجعلنا للمتقين اماما اللهم اشف مرضانا مرضى المسلمين والمسلمات والمؤمنين والمؤمنات جنہ ساتھیاں نے دوستاں نے ماشاءاللہ بیان کیتا ہے مولانا سمیع اللہ ساجد صاحب تواڈے اس مسجد دے خطیب وی نے اور مولانا عبد المنان راسخ صاحب اللہ تعالیٰ انہوں کا بیان کرنا تسا احباب کا سننا اللہ قبول فرمائے جنہ ساتھیاں نے دوستاں نے بھائیاں نے پروگرام کروایا ہے اللہ اپنی بارگاہ چ قبول فرمائے اور جنہیں علماء تشریف لیا ہے سب دا آنا اللہ قبول فرمائے تھانو ساریاں ماما بہناں نو ساریاں نو اللہ دنیا آخر دیا نعمتاں والا مال فرمائے ربنا تقبل منا انک انت السمیع العلیم وتب علینا انک انت التواب الرحیم سبحان ربک رب العزت عما یصفون وسلام علی المرسلین والحمد للہ